ਕੈਨੇਡਾ ਸਟੱਡੀ ਵੀਜ਼ਾ ਇਨ 2024 ਸਾਲ 2024 ਦਾ ਕੈਨੇਡਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਡਿਫਰੈਂਟ ਹੋਊਗਾ ਬਹੁਤ ਬਦਲਾਅ ਕੈਨੇਡਾ ਸਟੱਡੀ ਵੀਜ਼ਾ ਦੇ ਪ੍ਰੋਸੈਸਿੰਗ ਦੇ ਵਿੱਚ ਕੀਤੇ ਗਏ ਤੇ ਬੈਕ ਟੂ ਬੈਕ ਚੇਂजेस ਹੋਈਆਂ ਇਹਨਾਂ ਚੇਂजेस ਨੂੰ ਸਮਝਣ ਦਾ ਮੌਕਾ ਸਟੂਡੈਂਟ ਨੂੰ ਨਹੀਂ ਮਿਲਿਆ ਇਹੀ ਰੀਜ਼ਨ ਹੈ ਕਾਫੀ ਸੁਭਾਅ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਨੇ ਕੈਨੇਡਾ ਸਟੱਡੀ ਵੀਜ਼ਾ ਦਾ ਪ੍ਰੋਸੈਸਿੰਗ ਟਾਈਮ ਕਿੰਦਾਂ ਦਾ ਰਹੂਗਾ ਕੈਨੇਡਾ ਸਟੱਡੀ ਵੀਜ਼ਾ ਦਾ ਸਕਸੈਸ ਰੇਟ ਕਿੰਦਾਂ ਦਾ ਰਹੂਗਾ ਕਿਹੜੇ ਪ੍ਰਵਿੰਸ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੀਦਾ ਜਾਂ ਕਿਸ ਪ੍ਰਵਿੰਸ ਨੂੰ ਕਿੰਨਾ ਕੋਟਾ ਜਿਹੜਾ ਉਹ ਦਿੱਤਾ ਗਿਆ ਸੋ ਇਸ ਤਰੀਕੇ ਦੇ ਕਾਫੀ ਸਵਾਲ ਇੰਟਰਨੈਸ਼ਨਲ ਸਟੂਡੈਂਟ ਦੇ ਮਨ ਦੇ ਵਿੱਚ ਹੈ ਸਭ ਤੋਂ ਪਹਿਲਾਂ ਜਾਣਾਂਗੇ ਜੋ ਚੇਂਜਸ ਹੋਈਆਂ ਜੋ ਬਦਲਾਅ ਹੋਏ ਆ ਇਹ ਬਦਲਾਅ ਹੋਣੇ ਕਿਉਂ ਜ਼ਰੂਰੀ ਸੀ ਉਸ ਤੋਂ ਬਾਅਦ ਕਿਸ ਤਰੀਕੇ ਦੇ ਬਦਲਾਅ ਹੋਏ ਆ ਦੈਨ ਕੀ ਇਹਨਾਂ ਦਾ ਕੋਈ ਬੈਨੀਫਿਟ ਸਟੂਡੈਂਟ ਨੂੰ ਹੋਊਗਾ ਜਾਂ ਇਹਨਾਂ ਦਾ ਨੁਕਸਾਨ ਇੰਟਰਨੈਸ਼ਨਲ ਸਟੂਡੈਂਟ ਨੂੰ ਹੋਊਗਾ ਕੈਨੇਡਾ ਸਟੱਡੀ ਵੀਜ਼ਾ ਦਾ ਜੋ ਲੇਟੈਸਟ ਪ੍ਰੋਗਰਾਮ ਹੈ ਉਸ ਨੂੰ ਐਸਟੀਐਸ ਕਿਹਾ ਜਾਂਦਾ ਜਾਨੀ ਸਟੂਡੈਂਟ ਡਾਇਰੈਕਟ ਸਟ੍ਰੀਮ ਕਿਹਾ ਜਾਂਦਾ ਤੇ ਜੂਨ 2018 ਦੇ ਵਿੱਚ ਇਸ ਨੂੰ ਇੰਟਰੋਡਿਊਸ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਦੇ ਪ੍ਰੋਗਰਾਮ ਨੂੰ ਐਸਪੀਪੀ ਕਿਹਾ ਜਾਂਦਾ ਸੀ ਜੂਨ 2018 ਚ ਐਸਡੀਐਸ ਨੂੰ ਇੰਟਰੋਡਿਊਸ ਕੀਤਾ ਗਿਆ ਤੇ ਜੂਨ 2018 ਤੋਂ 2020 ਤੱਕ ਬਹੁਤ ਵਧੀਆ ਇਸ ਪ੍ਰੋਗਰਾਮ ਦੇ ਡਿਸੀਜਨ ਆਏ ਤੇ ਬਹੁਤ ਵਧੀਆ ਇਹ ਪ੍ਰੋਗਰਾਮ ਚੱਲਿਆ ਉਸ ਤੋਂ ਬਾਅਦ ਪੈਂਡੈਮਿਕ ਦੀ ਸ਼ੁਰੂਆਤ ਹੁੰਦੀ ਆ ਕੋਵਿਡ ਦਾ ਕਮਾਲ ਦਾ ਕੋਵਿਡ ਦੇ ਸਮੇਂ ਦੇ ਵਿੱਚ ਦੂਸਰੇ ਮੁਲਕਾਂ ਦੇ ਮੁਕਾਬਲੇ ਕੈਨੇਡਾ ਦਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਜਿਹੜਾ ਉਹ ਰੁਕ ਰੁਕ ਕੇ ਚੱਲਦਾ ਰਿਹਾ ਉਸ ਨੂੰ ਪੂਰੇ ਤਰੀਕੇ ਦੇ ਨਾਲ ਬੰਦ ਨਹੀਂ ਕੀਤਾ ਗਿਆ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਯੂਐਸ ਹੋਵੇ ਇਹਨਾਂ ਦਾ ਸਟੱਡੀ ਵੀਜ਼ਾ ਦਾ ਪ੍ਰੋਸੈਸ ਨੂੰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਪ੍ਰੋਸੈਸ ਚੱਲਦਾ ਰਿਹਾ ਰੁਕ ਰੁਕ ਕੇ ਅਪਲੀਕੇਸ਼ਨਾਂ ਗਵਰਨਮੈਂਟ ਅਕਸੈਪਟ ਕਰਦੀ ਰਹੀ ਬਟ ਉਸ ਨੂੰ ਚੈੱਕ ਕਰਨ ਵਾਲੇ ਸਟਾਫ ਦੀ ਕਮੀ ਸੀ ਤੇ ਵਰਕ ਫਰੋਮ ਹੋਮ ਚੱਲਦਾ ਪਿਆ ਸੀ ਉਹਨਾਂ ਜਿਹੜਾ ਜਿਹਦੀਆਂ ਐਪਲੀਕੇਸ਼ਨ ਸਬਮਿਟ ਹੋਊਗਾ ਸੀ ਉਹਨੀਆਂ ਐਪਲੀਕੇਸ਼ਨ ਦੇ ਡਿਸੀਜਨ ਜਿਹੜੇ ਉਹ ਨਹੀਂ ਆ ਰਹੇ ਸੀ ਇਹੀ ਰੀਜਨ ਸੀ ਸਾਲ 2022 ਤੱਕ ਕੈਨੇਡਾ ਸਟੱਡੀ ਵੀਜ਼ਾ ਦਾ ਬੈਕਲੌਗ 2 ਮਿਲੀਅਨ ਤੱਕ ਚਲਾ ਗਿਆ ਜਾਨੀ 20 ਲੱਖ ਐਪਲੀਕੇਸ਼ਨ ਦਾ ਬੈਕਲੌਗ ਹੋ ਗਿਆ ਸੀ ਕਿਉਂਕਿ ਐਪਲੀਕੇਸ਼ਨ ਦਾ ਬੈਕਲੌਗ ਜ਼ਿਆਦਾ ਹੋ ਗਿਆ ਸੀ ਐਪਲੀਕੇਸ਼ਨਾਂ ਉਹਨੇ ਚੰਗੇ ਤਰੀਕੇ ਦੇ ਨਾਲ ਚੈੱਕ ਨਹੀਂ ਹੋ ਰਹੀਆਂ ਸੀ ਇਹੀ ਰੀਜਨ ਸੀ ਉਸ ਤੋਂ ਬਾਅਦ ਫਰਾਡ ਡਾਕੂਮੈਂਟ ਦੇ ਉੱਪਰ ਫੇਕ ਅਕੈਡਮਿਕਸ ਦੇ ਉੱਪਰ ਫੇਕ ਲੈਂਗੁਏਜ ਰਿਜ਼ਲਟ ਦੇ ਉੱਪਰ ਐਪਲੀਕੇਸ਼ਨਾਂ ਸਬਮਿਟ ਹੋਣੀਆਂ ਸ਼ੁਰੂ ਹੋਈਆਂ ਨਾਲ ਹੀ ਪ੍ਰਾਈਵੇਟ ਕਾਲਜਸ ਦੇ ਪੈਕੇਜ ਸ਼ੁਰੂ ਹੋਏ ਨੰਬਰ ਆਫ ਅਪਲੀਕੇਸ਼ਨ ਜਿਹੜੀਆਂ ਉਹ ਫੇਕ ਡਾਕੂਮੈਂਟ ਦੇ ਨਾਲ ਸਬਮਿਟ ਹੋਣੀਆਂ ਸ਼ੁਰੂ ਹੋਈਆਂ ਨੰਬਰ ਆਫ ਅਪਲੀਕੇਸ਼ਨ ਆ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਸਬਮਿਟ ਹੋਣੀਆਂ ਸ਼ੁਰੂ ਹੋਈਆਂ ਬਹੁਤ ਸਾਰੇ ਬੱਚੇ ਜਿਹੜੇ ਐਕਚੁਅਲ ਦੇ ਵਿੱਚ ਕੈਨੇਡਾ ਸਟੱਡੀ ਵੀਜ਼ਾ ਦੇ ਵਿੱਚ ਐਲੀਜੀਬਲ ਨਹੀਂ ਸੀ ਫੇਕ ਲੈਂਗੁਏਜ ਦਾ ਰਿਜ਼ਲਟ ਲੈ ਕੇ ਫੇਕ ਡਾਕੂਮੈਂਟ ਲੈ ਕੇ ਉਹਨਾਂ ਨੇ ਕੈਨੇਡਾ ਸਟੱਡੀ ਵੀਜ਼ਾ ਅਪਲਾਈ ਕੀਤਾ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਕੈਨੇਡਾ ਸਟੱਡੀ ਵੀਜ਼ਾ ਹਾਸਲ ਵੀ ਹੋ ਗਿਆ ਉਸ ਤੋਂ ਬਾਅਦ ਉਹਦਾਂ ਦੇ ਸਟੂਡੈਂਟ ਜਦੋਂ ਕੈਨੇਡਾ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਅਕਮੋਡੇਸ਼ਨ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਹੋਇਆ ਪਾਰਟ ਟਾਈਮ ਕੰਮ ਨੂੰ ਲੈ ਕੇ ਰੌਲਾ ਪੈਣਾ ਸ਼ੁਰੂ ਹੋਇਆ ਮੈਂ ਨਹੀਂ ਕਹਿੰਦਾ ਇਹ ਪ੍ਰੋਬਲਮ ਕੈਨੇਡਾ ਦੇ ਵਿੱਚ ਨਹੀਂ ਆ ਇਹ ਪ੍ਰੋਬਲਮ ਹੋ ਸਕਦੀ ਆ 10% ਹੋ ਸਕਦੀ ਆ 20% ਹੋ ਸਕਦੀ ਆ 30% ਹੋ ਸਕਦੀ ਆ ਸਟੂਡੈਂਟ ਨੂੰ ਅਕਮੋਡੇਸ਼ਨ ਨੂੰ ਲੈ ਕੇ ਵੀ ਪ੍ਰੋਬਲਮ ਆ ਸਕਦੀ ਆ ਸਟੂਡੈਂਟ ਨੂੰ ਪਾਰਟ ਟਾਈਮ ਕੰਮ ਨੂੰ ਲੈ ਕੇ ਵੀ ਪ੍ਰੋਬਲਮ ਆ ਸਕਦੀ ਆ ਬਟ ਉਸ ਨੂੰ ਲੈ ਕੇ ਰੌਲਾ ਬਹੁਤ ਜ਼ਿਆਦਾ ਪਾਇਆ ਗਿਆ ਕਾਫੀ ਸਾਰੇ ਨਿਊ ਚੈਨਲ ਵੱਲੋਂ ਕਾਫੀ ਸਾਰੇ ਨਿਊਜ਼ ਪੇਪਰ ਵੱਲੋਂ ਇਸ ਤੇ ਲਈ ਆਰਟੀਕਲ ਛਪੇ ਸੋਸ਼ਲ ਮੀਡੀਆ ਤੇ ਤਾਂ ਇਸ ਤਰ੍ਹਾਂ ਸਭ ਤੋਂ ਵੱਧ ਰੌਲਾ ਪਿਆ ਤੇ ਇਹ ਸਾਰਾ ਕੁਝ ਕਿਤੇ ਨ ਕਿਤੇ ਹਾਈ ਕਮਿਸ਼ਨ ਦੇ ਵੀ ਧਿਆਨ ਦੇ ਵਿੱਚ ਸੀ ਉਦੋਂ ਤੋਂ ਹੀ ਇਸ ਚੀਜ਼ ਨੂੰ ਨੋਟ ਕੀਤਾ ਜਾ ਰਿਹਾ ਸੀ ਸੋ ਇਹੀ ਰੀਜਨ ਸੀ ਇਹ ਬਦਲਾਅ ਕੀਤੇ ਗਏ ਨੰਬਰ ਆਫ ਐਪਲੀਕੇਸ਼ਨ ਜਿਹੜੀਆਂ ਬਹੁਤ ਜ਼ਿਆਦਾ ਸੀ ਬੈਕਲੌਗ ਬਹੁਤ ਜ਼ਿਆਦਾ ਸੀ ਤੇ ਫੇਕ ਡਾਕੂਮੈਂਟ ਤੇ ਵੀਜ਼ਾ ਅਪਲਾਈ ਕਰਨ ਵਾਲੇ ਸਟੂਡੈਂਟ ਬਹੁਤ ਜ਼ਿਆਦਾ ਸੀ ਤੇ ਪ੍ਰਾਈਵੇਟ ਕਾਲਜਸ ਦੇ ਪੈਕੇਜ ਕੀਤੇ ਗਏ ਪ੍ਰਾਈਵੇਟ ਕਾਲਜ ਕੋਲ ਜਿੰਨਾ ਕੋਟਾ ਸਟੂਡੈਂਟ ਦਾ ਨਹੀਂ ਸੀ ਉਸ ਤੋਂ ਕਿਤੇ ਜ਼ਿਆਦਾ ਸਟੂਡੈਂਟ ਨੂੰ ਆਫਰ ਲੈਟਰ ਦਿੱਤੇ ਗਏ ਉਸ ਤੋਂ ਕਿਤੇ ਜ਼ਿਆਦਾ ਸਟੂਡੈਂਟ ਨੂੰ ਐਲਓਏ ਦਿੱਤੇ ਗਏ ਤੇ ਵੀਜ਼ਾ ਵੀ ਉਹਨਾਂ ਸਟੂਡੈਂਟ ਨੂੰ ਮਿਲੇ ਤੇ ਜਿੰਨੇ ਵੀਜ਼ਾ ਪ੍ਰਾਈਵੇਟ ਕਾਲਜ ਦੇ ਵਿੱਚ ਅਪਰੂਵ ਹੋਇਆ ਉੰਨੀ ਜਗ੍ਹਾ ਕਾਲਜਸ ਦੇ ਕੋਲ ਸਟੂਡੈਂਟ ਨੂੰ ਪੜਾਉਣ ਦੇ ਲਈ ਨਹੀਂ ਸੀ ਕਿਤੇ ਨਾ ਕਿਤੇ ਜਿਹੜੀ ਸਟੂਡੈਂਟ ਨੂੰ ਕੁਆਲਿਟੀ ਆਫ ਐਜੂਕੇਸ਼ਨ ਜਿਹੜੀ ਉਹ ਨਹੀਂ ਮਿਲ ਰਹੀ ਸੀ ਇਸੇ ਕਰਕੇ ਇਹ ਸਾਰੇ ਬਦਲਾਅ ਕੀਤੇ ਗਏ